ਬਾਈ ਰਵਿੰਦਰਪਾਲ ਸਿੰਘ ਜੀ ਮਿਸ਼ਰੀ ਵਾਲਾ ਜੀ, ਆਪਣਾ ਠੀਕ ਜੀ ਜਿਹੜੀ ਪੰਜਾਬ ਸਰਕਾਰ ਦੀ ਤਰੀਕ ਆ ਜੀ 15 ਜੁਲਾਈ ਤੋਂ ਜਿਹੜਾ 26 ਝੋਨਾ ਉਹ ਪਹਿਲਾਂ ਲਾਇਆ ਜਾਵੇ ਜੀ, ਤਾਂ ਕਿ ਛੇਲਰ ਮਾਲ ਨੂੰ ਝੋਨਾ ਖਰੀਦਣ ਦੇ ਵਿੱਚ ਦਿੱਕਤ ਨਾ ਆਵੇ, ਕਿਉਂਕਿ ਇਹਦਾ ਮੋਚਰ ਜੇ ਅਸੀਂ ਲੇਟ ਲਾਉਂਦੇ ਹਾਂ ਤਾਂ ਇਹਦਾ ਮੋਚਰ ਬਹੁਤ ਜ਼ਿਆਦਾ ਆਉਂਦਾ ਜੀ, ਪਰ ਸਾਨੂੰ ਲੈਟ ਨਾ ਮਿਲਣ ਦੇ ਕਾਰਨ ਇਹ ਝੋਨੇ ਦੀ ਲਵਾਈ ਆ ਜਿਹੜੀ ਲੇਟ ਹੁੰਦੀ ਜਾ ਰਹੀ ਹੈ ਜੀ। ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੀ ਇਹ 8 ਘੰਟੇ ਸਪਲਾਈ ਆ ਨਿਰਵਿਘਨ ਦਿੱਤੀ ਜਾਵੇ। ਜਸਪ੍ਰੀਤ ਸਿੰਘ ਜੀ, ਕੀ ਸਮੱਸਿਆ ਤੁਹਾਨੂੰ? ਲਾਈਟ ਨਾ ਆਉਣ ਕਰਕੇ ਜੀ ਕੱਦੂ ਕੀਤਾ ਸੀ, ਇਹ 'ਚ ਪਾਣੀ ਸੁੱਕ ਗਿਆ ਜੀ, ਅਤੇ ਆਹ ਲਾਉਣ ਵਾਲੇ ਝੋਨਾ ਸੀਗੇ ਵਿਚਾਰੇ ਉਹ ਬੈਠੇ ਆ ਹੁਣ, ਅਤੇ ਸਮੱਸਿਆ ਇਹੀ ਲਾਈਟ ਪੂਰੀ ਦਿੱਤੀ ਜਾਵੇ। ਆਹ ਝੋਨੇ ਦਾ ਹਾਲ ਦੇਖ ਲਓ ਜੀ, ਕੱਦੂ ਕੀਤਾ ਵਿੱਚ ਪਾਣੀ ਹੈ ਨਹੀਂ ਗਾ ਜੀ, ਅਤੇ ਆਹ ਦੂਜਾ ਇੱਧਰ ਆ ਝੋਨਾ ਲੱਗਾ ਇਹ 'ਚ ਵੀ ਪਾਣੀ ਹੈ ਨਹੀਂ, ਪਿਛਲੇ ਝੋਨੇ 'ਚ ਪਾਣੀ ਸੁੱਕ ਗਿਆ, ਗਾਂਹ ਲਾਈਟ ਨਹੀਂ ਆਉਂਦੀ, ਗਾਂਹ ਕੱਦੂ ਕਰਨ ਅੱਧਾ ਕੈਰਾ ਹੁੰਦਾ ਉਨਾ ਕੁ ਪਾਣੀ ਜਾਂਦਾ, ਬਸ ਉੱਥੇ ਫਿਰ ਲਾਈਟ ਕੱਢਦੇ, 2-2.5 ਘੰਟੇ ਲਾਈਟ ਮਸਾਂ ਆਉਂਦੀ ਹੈ ਜੀ। ਹਾਂਜੀ ਹਾਂਜੀ ਹੋਈ ਆ, ਉਹਦੇ ਪਿੱਛੋਂ ਕੱਟੀ ਜਾਂਦੀ, ਪਾਵਰ ਕੱਟ ਦਾ ਮੈਸੇਜ ਆਉਂਦਾ ਬਸ ਇਕੱਲਾ ਜੀ। ਹੁਣ ਕੀ ਝੋਨੇ ਦਾ ਨੁਕਸਾਨ ਹੋਈ ਜਾਂਦਾ ਜੀ, ਝੋਨਾ ਲੇਟ ਹੋਈ ਜਾਂਦਾ ਲਾਉਣ ਵਾਲਾ, ਅੱਗੇ ਮੋਕਚਰ ਆਉਣਾ, ਮੁੜ ਕੇ ਸਾਈਲਰਾਂ ਵਾਲੇ ਵੀ ਰੌਲਾ ਪਾਉਂਦੇ ਜੀ, ਮੁੜ ਕੇ ਝੋਨਾ ਨਹੀਂ ਖਰੀਦਦੇ ਮੋਕਚਰ ਆਉਂਦਾ ਕਰਕੇ ਜੀ। ਕੀ ਮੰਗ ਕਰਦੇ? ਮੰਗ ਇਹ ਲਾਈਟ 8 ਘੰਟੇ 'ਤੇ ਦਿੱਤੀ ਜਾਵੇ ਘੱਟੋ ਘੱਟ।